ਇੱਕ ਗੱਲ ਯਾਦ ਰੱਖੋ, ਅਕਾਲ ਤਖਤ ਸਾਹਿਬ ਤੋਂ ਪਹਿਲੀ ਵਾਰ ਕਿਸੇ ਨੂੰ ਸੰਤ ਸ਼ਬਦ ਦਾ ਦਰਜਾ ਮਿਲਿਆ ਤੇ ਉਹ ਧੰਨ ਸੰਤ ਬਾਬਾ ਅਕਾਲ ਤਖਤ ਸਿੰਘ ਨੂੰ ਮਿਲਿਆ, ਅਕਾਲ ਤਖਤ ਸਾਹਿਬ ਤੋਂ ਮਿਲਿਆ। ਔਰ ਆਪਣੇ ਵਰਗਾ ਇੱਕ ਬਣਾਉਣਾ ਹੀ ਬਹੁਤ ਔਖਾ, ਪਰ ਬਾਬਾ ਜੀਆਂ ਨੇ ਉਹ ਸੰਤ ਮਹਾਰਾਜ ਦੀ ਕਮਾਈ ਆਪਣੇ ਵਰਗੇ ਆਪਣੇ ਸਮੇਂ ਦੇ ਵਿੱਚ ਸਾਧ ਸਿੰਘ ਇੱਕ ਨਹੀਂ ਦੋ ਨਹੀਂ ਸਾਡਾ ਤਾਂ